ਦੇਖੋ ਅੱਜ ਪੂਰੀ ਦੁਨੀਆ ਗਵਾਹ ਆ ਵੀ ਜਿਹੜੇ ਢੰਗ ਨਾਲ ਸਰਕਾਰ ਨੇ ਸਾਡੇ ਪੀਸਫੁਲੀ ਹੁੰਦਿਆਂ ਹੋਇਆਂ ਵੀ ਜਿਹੜੀ ਬਰਬਤਾ ਨਾਲ ਸਾਡੇ 'ਤੇ ਫਿਰ ਅਟੈਕ ਕੀਤਾ ਵਾ, ਸਾਰੇ ਪ੍ਰੈਸ ਵਾਲੇ ਇੱਥੇ ਰਹੇ ਆ, ਸਾਰੀ ਪ੍ਰੈਸ ਨੇ ਲਗਭਗ ਇੱਥੇ ਕਵਰੇਜ ਕੀਤੀ ਆ, ਕੋਈ ਇੱਕ ਅੱਧੀ ਗੱਲ ਛੱਡ ਕੇ ਸਾਡੇ ਬੰਦੇ ਬਿਲਕੁਲ ਪੀਸਫੁਲੀ ਰਹੇ ਆ। ਔਰ ਜਦੋਂ ਆਪਾਂ ਇਹ ਸੁਬਾਹ ਸਟਾਰਟ ਕੀਤਾ ਵਾ, ਅਰੇ ਫੈਸਲਾ ਕੀਤਾ ਸੀ ਵੀ ਆਗੂ ਅੱਗੇ ਜਾਣਗੇ, ਜਿਹੜੀ ਗੱਲਬਾਤ ਆਈ ਆ ਉਹਦੇ 'ਚ ਪੇਚ ਕਿੱਥੇ ਫਸਿਆ? ਮੰਤਰੀ ਸਾਹਿਬ ਦੇ ਦੋ ਟਵੀਟ ਆ ਗਏ ਆ ਖੇਤੀਬਾੜੀ ਮੰਤਰੀ ਦੇ। ਜਿਹੜੀ ਗੱਲ ਅਸੀਂ ਕਹੀ ਵੀ ਜੇ ਗੱਲਬਾਤ ਕਰਨੀ ਆ ਤਾਂ ਅਫੀਸ਼ੀਅਲ ਬਿਆਨ ਇਹ ਹੋਵੇ MSP ਖਰੀਦ ਦੀ ਗਰੰਟੀ ਦਾ ਕਾਨੂੰਨ ਦਾ ਮਸਲਾ ਹੱਲ ਕਰਨ ਲਈ ਅਤੇ ਬਾਕੀ ਰਹਿੰਦੀਆਂ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ ਜਾਵੇਗੀ। ਇਸ ਗੱਲ ਤੋਂ ਸਰਕਾਰ ਭੱਜੀ ਆ ਬਈ ਵੀ ਇਹ ਏਜੰਡੇ ਦੇ ਵਿੱਚ ਨਹੀਂ ਪਾਉਣਾ ਹੈਗਾ। ਮੰਤਰੀ ਹੋਣਾ ਧੱਕੇ ਨਾਲ ਵਿੱਚ ਪਰਾਲੀ ਪਾਤੀ ਆਪਦੇ ਟਵੀਟ 'ਤੇ, ਧੱਕੇ ਨਾਲ ਵਿੱਚ ਡਾਇਵਰਸੀਫਿਕੇਸ਼ਨ ਵਾਲੀ ਗੱਲ ਪਾਤੀ, ਧੱਕੇ ਨਾਲ ਹੋਰ ਗੱਲਾਂ ਪਾਈਆਂ ਵਾ। ਇਸ ਕਰਕੇ ਔਰ ਉਦੋਂ ਜਦੋਂ ਅਸੀਂ ਗੱਲ ਹੀ ਕਰ ਰਹੇ ਸੀਗੇ, ਠੀਕ ਆ, ਉਹ ਦੂਜਾ ਰੁੱਕਾ ਦੇ ਦਿਓ ਨਾ ਜੀ, ਜਿਹੜੇ ਖਨੌਰੀ ਦੇ ਵਿੱਚ ਜੋ ਕੁਝ ਹੋਇਆ ਉਹਦੀ ਵੀ ਰਿਪੋਰਟ ਸਾਨੂੰ ਮਿਲ ਰਹੀ ਸੀ ਅਤੇ ਅਸੀਂ ਉਹਨਾਂ ਨੂੰ ਕਿਹਾ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਿਰ ਹੁਣ ਤੁਹਾਡੇ ਨਾਲ ਗੱਲ ਕਰਨੀ ਸਾਰਥਕ ਨਹੀਂ ਲੱਗਦੀ ਹੈਗੀ। ਜਿੱਥੋਂ ਤੱਕ ਸਰਕਾਰ ਦੀ ਗੱਲ ਆ, ਸਰਕਾਰ ਜਿਹੜੀ ਗੱਲ ਕਰਕੇ ਲਗਭਗ ਭੱਜ ਚੁੱਕੀ ਆ, ਔਰ ਜਿਹੜੀ ਹੁਣ ਪੁਸ਼ਟੀ ਹੋ ਰਹੀ ਆ ਵੀ ਜਿਹੜੀ ਖਨੌਰੀ ਦੇ ਵਿੱਚ ਜੋ ਜਬਰ ਸਰਕਾਰ ਨੇ ਢਾਇਆ ਵਾ ਉਹਦੇ 'ਚ ਸ਼ੁਭਕਰਨ ਸਿੰਘ ਜਿਹੜੀ ਉਹਨਾਂ ਦੀ ਮੌਤ ਹੋਈ, ਲਗਭਗ ਨੌਜਵਾਨ ਮੁੰਡਾ ਵਾ ਜੀ, ਔਰ ਜਿਹੜੇ ਤਿੰਨ ਨੇ ਉਹ ਸੀਰੀਅਸ ਨੇ, ਔਰ ਲਗਭਗ ਅੱਡ ਅੱਡ ਖਬਰਾਂ ਨੇ 6 ਬੰਦੇ ਸਾਡੇ ਮਿਸ ਨੇ ਅਜੇ, ਔਰ ਦੱਸਿਆ ਜਾ ਰਿਹਾ ਉਹਦੇ ਵਿੱਚੋਂ ਜਿਵੇਂ ਉਹਨਾਂ ਨੇ ਹਮਲਾ ਕੀਤਾ, ਸਰਕਾਰ ਨੇ 25 ਟਰੈਕਟਰ ਟਰਾਲੀਆਂ ਦੇ ਜਾ ਕੇ ਟਾਇਰ ਟੂਰ ਵੱਢੇ, ਸੂਏ ਸਵੇ ਮਾਰੇ ਆ ਆ ਕੇ ਖਨੌਰੀ ਬਾਰਡਰ ਤੋਂ ਅੱਗੇ ਆ ਕੇ। ਤੋ ਇਹ ਸਾਰਾ ਕੁਝ ਵਾਪਰ ਗਿਆ, ਸਾਨੂੰ ਲੱਗਦਾ ਨਹੀਂ ਸੀ ਵੀ ਅਸੀਂ ਇਸ ਮਾਹੌਲ ਦੇ ਵਿੱਚ ਵੀ ਗੱਲਬਾਤ ਜਾਰੀ ਰੱਖ ਸਕੀਏ, ਪਰ ਇਹਦੇ ਬਾਵਜੂਦ ਸਰਕਾਰ ਨੂੰ ਜੋ ਅਸੀਂ ਟਵੀਟ ਕਰਨ ਨੂੰ ਕਿਹਾ ਸੀ, ਸਰਕਾਰ ਸਾਡੇ ਏਜੰਡੇ ਮੁਤਾਬਕ ਟਵੀਟ ਕਰਨ ਤੋਂ ਭੱਜਦੀ ਨਜ਼ਰ ਆਈ ਆ। ਉਹ ਤੁਹਾਡੇ ਵਾਲਾ ਚੱਕਰ ਹੋਇਆ ਸੀ, ਅਸੀਂ ਕਿਹਾ ਸੀ ਫਿਰ ਕਹਿੰਦੇ ਪ੍ਰੈਸ ਨੂੰ ਦੱਸ ਦਿਓ ਤੁਸੀਂ ਕੀ ਦੱਸਣਾ ਚਾਹੁੰਦੇ, ਫਿਰ ਉਹ ਦੂਜਾ ਰੌਲਾ ਪੈ ਗਿਆ। ਅਸਲ ਵਿੱਚ ਉਹ ਸੀ ਵੀ ਅਸੀਂ ਹੁਣ ਦੇਖੋ ਕੇਂਦਰ ਸਰਕਾਰ ਦੇ ਤਰਕ ਕੀ ਆ, ਇਹੀ ਲਿਖ ਕੇ ਦਿੱਤਾ ਵੀ ਆਹ ਟਵੀਟ ਕਰੋ, ਫਿਰ ਟਵੀਟ, ਫਿਰ ਕਹਿੰਦੇ ਜੀ ਤੁਸੀਂ ਉਹ ਟਵੀਟ ਦਾ ਕਾਊਂਟਰ ਟਵੀਟ ਕਰੋ। ਅਸੀਂ ਕਿਹਾ ਸਾਡੇ ਟਵਿੱਟਰ ਬੰਦ ਆ, ਇਹ ਕਿਹੜੀ ਸਰਕਾਰ ਦੀ ਗੱਲਬਾਤ ਹੁੰਦੀ ਆ ਵੀ ਕਾਊਂਟਰ ਟਵੀਟ ਕਰੋ। ਉਹ ਕਹਿੰਦੇ ਤੁਹਾਡੇ ਅਸੀਂ ਵੋਇਸ ਮੈਸੇਜ ਰਿਕਾਰਡ ਕਰਕੇ ਕਰਤਾ ਵੀ ਆਹ ਚਾਹੁੰਦੇ ਵੀ ਟਵੀਟ ਦੇ ਵਿੱਚ ਆ।
ਇਹਦਾ ਮਤਲਬ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਲੀ ਗੱਲ 'ਤੇ ਸਰਕਾਰ ਦੀ ਬਦਨੀਤੀ ਜਿਉਂ ਦੀ ਤਿਉਂ ਵਾ। ਸੋ ਅਸੀਂ ਕਿਹਾ ਸੀ ਜੇ ਗੱਲ ਕਰਨੀ ਆ ਏਜੰਡਾ ਤੈਅ ਕਰੋ ਵੀ MSP ਖਰੀਦ ਦੀ ਗਰੰਟੀ ਕਾਨੂੰਨ ਦੇ ਬਣਾਉਣ ਦੇ ਹੱਲ ਵਾਸਤੇ ਮੀਟਿੰਗ ਹੋਊਗੀ, ਬਾਕੀ ਮੰਗਾਂ ਦੇ ਬਾਕੀ ਤਾਂ ਫਾਇਦਾ ਨਹੀਂ। ਸੋ ਸਰਕਾਰ ਇਸ ਗੱਲ ਤੋਂ ਭਜਦੀ ਨਜ਼ਰ ਆਈ, ਜਿਹਦੇ ਵਿੱਚ ਆਹ ਜਿਹੜਾ ਵਾ ਸਾਨੂੰ ਕਾਂਡ ਹੁੰਦਾ ਨਜ਼ਰ ਆਇਆ, ਮੇਰੇ ਵੀਰ ਦੱਸ ਦੇਣਗੇ, ਇੱਥੇ ਵੀ ਇੰਜਰੀ ਹੋਈਆਂ ਨੇ। ਖਨੌਰੀ ਦੇ ਉੱਤੇ ਜਿਹੜੀ ਖਾਲਸਾ ਏਡ ਆ, ਜਿਹੜੀਆਂ ਉਹਦੀਆਂ ਦਵਾਈਆਂ ਵਗੈਰਾ ਸੀਗੀਆਂ ਉਹ ਚੁੱਕ ਕੇ ਲੈ ਗਏ ਆ, ਖਿਲਾਰਿਆ ਗਿਆ ਉਹਦਾ ਸਮਾਨ ਵਗੈਰਾ। ਆ ਸਾਡੇ ਇੱਥੇ ਡਾਕਟਰ ਭਗਵੰਤ ਜੀ ਆ, ਲਾਈਫ ਕੇਅਰ ਫਾਊਂਡੇਸ਼ਨ ਦੇ ਆ, ਇਹਨਾਂ ਦੇ ਮੈਡੀਕਲ ਕੈਂਪ 'ਤੇ ਹਮਲਾ ਕੀਤਾ, ਇਹ ਆਹ ਲੈ ਕੇ ਆਏ ਸੀ ਵੀ ਮੇਰੇ 'ਤੇ ਸੁੱਟਿਆ ਗਿਆ ਵੀ ਇਹ ਕੌਮਾਂਤਰੀ ਕਾਨੂੰਨ ਦੇ ਮੁਤਾਬਕ ਕਿਸੇ ਪ੍ਰੈਸ 'ਤੇ ਕਿਸੇ ਮੈਡੀਕਲ ਸੇਵਾਵਾਂ 'ਤੇ ਗੋਲਾਬਾਰੀ ਸੰਭਵ ਜਾਂ ਕੋਈ ਟੀਅਰ ਗੈਸ ਸੰਭਵ ਨਹੀਂ ਹੋ ਸਕਦੀ। ਸਾਡੇ ਵੀਰ ਦੱਸ ਰਹੇ ਸੀ ਵੀ ਐਰਕੀ ਹਾਈ ਐਕਸਪਲੋਜਿਵ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਗਿਆ, ਜਿਹੜਾ ਅੱਜ ਮਟੀਰੀਅਲ ਇਸਤੇਮਾਲ ਕੀਤਾ ਗਿਆ, ਤੁਸੀਂ ਗਵਾਹ ਜੇ, ਤੁਸੀਂ ਕਿਸੇ ਵੇਲੇ ਵੀ ਸਾਨੂੰ ਦੱਸੋ ਵੀ ਸਾਡੇ ਬੰਦੇ ਕਿਤੇ ਵਾਇਲੈਂਸ ਹੋਏ ਹੋਣ, ਤੁਹਾਨੂੰ ਆਹ ਸਾਡੇ ਹੱਥੋਂ ਬਾਹਰ ਨਿਕਲਦੇ ਦਿਖੇ ਹੋਣ। ਤੋ ਅਸੀਂ ਜਿਹੜਾ ਪੈਂਤੜਾ ਲਿਆ ਸੀ ਵੀ ਅਸੀਂ ਆਗੂ ਅੱਗੇਲੇ ਬੰਨੇ ਜਾਵਾਂਗੇ, ਜਦੋਂ ਗੱਲਬਾਤ ਸਰਕਾਰ ਨਾਲ ਟੁੱਟੀ ਆ ਅਸੀਂ ਫੈਸਲਾ ਕਰਕੇ ਅੱਗੇ ਗਏ, ਤੁਹਾਡੇ ਸਾਹਮਣੇ 20-25 ਬੰਦੇ ਹੋਵਾਂਗੇ ਵੀ ਅਸੀਂ ਜਾ ਰਹੇ। ਸਾਡੇ 'ਤੇ ਵੀ ਸ਼ੈਲਿੰਗ ਕੀਤੀ ਗਈ, ਪੱਤਰਕਾਰ ਨਾਲ ਹੀ ਸੀ, ਠੀਕ ਹੈ ਜੀ। ਤੋ ਇਹ ਕੀ ਤਰੀਕੇਕਾਰ ਆ, ਅਸੀਂ ਦੋਹਰੇ ਫਿਰ ਗਏ ਹਾਂ ਹੱਥ ਜੋੜ ਕੇ, ਤੇਰੇ ਗਏ ਹਾਂ, ਫਿਰ ਉਹ ਕਹਿੰਦੇ ਵੀ 4 ਬੰਦੇ ਅੱਗੇ ਆ ਸਕਦੇ ਜੇ, ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਸਾਨੂੰ ਰਾਹ ਦਿੱਤਾ ਜਾਵੇ, ਠੀਕ ਆ ਜੀ। ਤੋ ਉਹਨਾਂ ਦਾ ਅਸੀਂ ਵੀ 4-4 ਬੰਦੇ ਅੱਗੇ ਜਾ ਸਕਦੇ ਹੋ, ਅਸੀਂ ਕਿਹਾ ਵੀ ਸਾਡਾ ਤਾਂ ਇਸ ਕਿਸਮ ਦਾ ਕੋਈ ਫੋਰਮਾਂ ਦਾ ਹਾਲੇ ਫੈਸਲਾ ਹੈ ਨਹੀਂ ਗਾ, ਅਸੀਂ ਕਰੀਏ। ਸੋ ਇਸ ਕਰਕੇ ਸਰਕਾਰ ਦੀ ਬਦਨੀਤੀ ਆ, ਸਰਕਾਰ ਸਿੱਧੀ ਬੁਲਟ ਚਲਾ ਰਹੀ। ਜਿਹੜਾ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ, ਇੱਥੇ ਬੁਲਟ ਲੱਗੀ ਆ ਜੀ ਬੈਕ ਸਾਈਡ 'ਤੇ, ਤਾਂ ਸਿੱਧੀ ਬੁਲਟ ਚਲਾਈ ਜਾ ਰਹੀ ਹੈ ਸਿੱਧੇ ਬਠਿੰਡੇ ਦਾ ਮੁੰਡਾ। ਤੋ ਉਹਦੇ ਨਾਲ ਤੋ ਸਰਕਾਰ ਪੂਰੀ ਤਰ੍ਹਾਂ ਐਂ ਲੱਗਦਾ ਜਿਵੇਂ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਸਾਡੇ ਅਰਧ ਸੈਨਿਕ ਬਲ ਨੇ ਕਿਸੇ ਦੇਸ਼ ਦੁਸ਼ਮਣ ਵਰਗਾ ਵਿਹਾਰ ਕਰ ਰਹੇ ਨੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ, ਔਰ ਬਿਲਕੁਲ ਇਹ ਮਾਨਵਤ ਘਰਾਂ ਦੀ ਲੰਘਣਾ ਹੈਗੀ ਆ। ਅਸੀਂ ਨਾ ਤਾਂ ਹਾਈਵੇ ਰੋਕਿਆ, ਹਾਈਵੇ ਵੀ ਸਰਕਾਰ ਨੇ ਰੋਕਿਆ, ਹਾਈਵੇ 'ਤੇ ਅੱਗੇ ਸਾਨੂੰ ਜਾਣ ਵੀ ਨਹੀਂ ਦਿੰਦੇ, ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਹੈਗੇ। ਤੋ ਅਸੀਂ ਇਹ ਵੀ ਕਿਹਾ ਸੀ ਜਾਂ ਰਾਹ ਖੋਲ੍ਹ ਦਿਓ, ਰਾਹ ਖੋਲ੍ਹ ਕੇ ਸਾਨੂੰ ਅੱਗੇ ਪੀਸਫੁਲੀ ਦਿੱਲੀ ਜਾਣ ਦਿਓ। ਦੂਸਰਾ, ਜਿਹੜੀਆਂ ਕੈਜੂਅਲਟੀ ਉੱਥੇ ਹੋਈਆਂ ਨੇ ਖਨੌਰੀ ਦੇ ਵਿੱਚ, ਹਜੇ ਉਹਦੀ ਕੰਪਲੀਟ ਜਾਣਕਾਰੀ ਲੈਣ ਲਈ ਡੱਲੇਵਾਲ ਸਾਹਿਬ ਗਏ ਹੋਏ ਨੇ ਹਸਪਤਾਲ, ਉਹ ਪੁਜੀਸ਼ਨ ਮਿਸ ਕਿੰਨੇ ਨੇ, ਇੰਜਰਡ ਕਿੰਨੇ ਨੇ, ਸਾਰੀਆਂ ਪ੍ਰਸਥਿਤੀਆਂ 'ਤੇ ਜਾਇਜ਼ਾ ਲੈਣ ਵਾਸਤੇ ਅਸੀਂ ਆਰਜ਼ੀ ਤੌਰ 'ਤੇ ਫੈਸਲਾ ਕੀਤਾ ਦੋਵਾਂ ਫੋਰਮਾਂ ਵੱਲੋਂ। ਅੱਜ ਦਾ ਦਿਨ ਤਾਂ ਲੰਘ ਗਿਆ, ਕੱਲ੍ਹ ਅਤੇ ਪਰਸੋਂ ਇਹ ਲਗਭਗ ਹੁਣ ਸ਼ਾਂਤੀ ਰਹੂਗੀ, ਅਸੀਂ ਸਾਰੇ ਮਸਲੇ 'ਤੇ ਵਿਚਾਰ ਕਰਾਂਗੇ, ਕਿਸ ਕਿਸਮ ਦਾ ਸਰਕਾਰ ਜ਼ਬਰ ਕਰ ਰਹੀ ਆ, ਗਾਂ ਕਿਸ ਕਿਸਮ ਦੀ ਨੀਤੀ ਬਣਾ ਕੇ ਅੱਗੇ ਦੇ ਫੈਸਲੇ ਕੀਤੇ ਜਾਣ, ਉਦੋਂ ਬਾਅਦ ਜਿਹੜਾ ਵਾ ਅੱਗੇ ਦਾ ਫੈਸਲਾ ਹੋਊਗਾ। ਅਗਲਾ ਦਿਨ ਜਿਹੜਾ ਅੱਜ ਦਾ ਦਿਨ ਤਾਂ ਖਤਮ ਹੋ ਗਿਆ, ਕੱਲ੍ਹ ਅਤੇ ਪਰਸੋਂ ਸ਼ਾਮਾਂ ਤੱਕ ਤੁਹਾਡੇ ਕੋਲ ਦੋਵਾਂ ਫੋਰਮਾਂ ਦੀ ਅਗਲੀ ਰਣਨੀਤੀ ਤੁਹਾਡੇ ਸਾਹਮਣੇ ਆ ਜੂਗੀ। ਤੁਹਾਨੂੰ ਪਤਾ ਹੀ ਆ ਸਰਕਾਰ ਸਾਡੇ ਮੋਰਚੇ ਦੇ ਵਿੱਚ ਲਗਾਤਾਰ
ਇਸ ਕਿਸਮ ਦੇ ਬੰਦੇ ਵਾੜ ਰਹੀ ਆ ਸਰਕਾਰ। ਜਿਵੇਂ ਸਾਡੇ ਕੋਲ ਤਾਂ ਸਰਕਾਰੀ ਮੁਲਾਜ਼ਮ ਹੀ 4-5 ਫੜੇ ਗਏ ਆ ਵੀ ਉਹ ਸਾਡੇ ਨੌਜਵਾਨਾਂ ਨੂੰ ਆ ਕੇ ਸਕਾਉਂਦੇ ਹੈਗੇ ਆ ਔਰ ਪੂਰੀ ਤਰ੍ਹਾਂ ਸ਼ਰਾਰਤ ਕਰਨ ਦਾ ਯਤਨ ਹੋ ਰਿਹਾ। ਮੈਂ ਇਸ ਗੱਲ ਦਾ ਖੇਤ ਮਹਿਸੂਸ ਕਰਦਾ ਵੀ ਪ੍ਰੈਸ ਦੀਆਂ ਤਾਰਾਂ ਬੇਵਜ੍ਹਾ ਵੱਢੀਆਂ ਗਈਆਂ, ਉਹਨਾਂ ਦੀਆਂ ਉਹ ਵੀ ਵੈਨਾਂ ਬਾਹਰ ਕੱਢੀਆਂ ਗਈਆਂ, ਇਹ ਸਹੀ ਨਹੀਂ ਹੈਗਾ। ਔਰ ਪੂਰੇ ਆਪਾਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗੇ ਵੀ ਪ੍ਰੈਸ ਤੋਂ ਬਗੈਰ ਸਾਡੀ ਆਵਾਜ਼ ਦੁਨੀਆ ਵਿੱਚ ਨਹੀਂ ਜਾਣੀ ਹੈਗੀ। ਜਿਹੜੇ ਬੰਦਿਆਂ ਨੇ ਕਾਰਾ ਕੀਤਾ ਉਹ ਸਾਡੀ ਲਹਿਰ ਦੇ ਨਹੀਂ ਹੋ ਸਕਦੇ, ਉਹ ਸਰਕਾਰ ਦੇ ਪੱਖ ਪੂਰਨ ਵਾਲੇ ਹੋ ਸਕਦੇ ਆ। ਔਰ ਸਾਡਾ ਮੀਡੀਆ ਕਰਮੀਆਂ ਨਾਲ ਕੋਈ ਰੌਲਾ ਨਹੀਂ, ਇਹਨਾਂ ਦੀ ਬਦੌਲਤ ਜਿੱਥੇ ਅਸੀਂ ਲੜ ਰਹੇ ਹਾਂ ਉਹ ਵੀ ਸਾਡੇ ਨਾਲ ਬਰਾਬਰ ਦੀ ਸੰਘਰਸ਼ ਕਰ ਰਹੇ ਆ। ਸਾਡੇ ਨਾਲ ਉਹ ਅਥਰੂ ਗੈਸ ਦੇ ਗੋਲੇ ਚੱਲਦਿਆਂ ਹੋਇਆਂ ਪੱਤਰਕਾਰ ਵੀ ਨਾਲ ਸੀ, ਜਦੋਂ ਹੋਏ ਫਿਰ ਉਹ ਵਾਪਸ ਆਏ ਆ। ਤੋ ਵੱਡੀ ਤੁਹਾਡਾ ਸਾਰਿਆਂ ਦਾ ਸਹਿਯੋਗ ਆ, ਤੋ ਐ ਆ ਗਾਂਹ ਖਿਆਲ ਕਰਾਂਗੇ ਵੀ ਤੁਹਾਨੂੰ ਇਸ ਕਿਸਮ ਦੀ ਸਮੱਸਿਆ ਨਾ ਆਵੇ, ਕਿਉਂਕਿ ਕਾਫੀ ਜ਼ਿਆਦਾ ਅਸੀਂ ਵੀ ਵਿਅਸਤ ਰਹੇ, ਸਾਡੀ ਇੱਕ ਜ਼ਿਆਦਾ ਐਨਰਜੀ ਹੋਰ ਨਾ ਕੰਮਾਂ ਵਾਲੇ ਪਾਸੇ ਲੱਗ ਗਈ, ਇੱਧਰਲਾ ਪੱਖ ਸਾਥੋਂ ਤੁਹਾਡੇ ਵਾਲਾ ਛੁੱਟ ਗਿਆ। ਸੋ ਇਸ ਕਰਕੇ ਇਹ ਮੋਰਚਾ ਲਗਾਤਾਰ ਜਾਰੀ ਰੱਖਾਂਗੇ। ਕੇਂਦਰ ਦੀ ਮੋਦੀ ਸਰਕਾਰ ਨੋਟ ਕਰ ਲਏ, ਇਹ ਮੋਰਚਾ ਮੁੱਕਣ ਵਾਲਾ ਨਹੀਂ ਗਾ। ਜਾਂ ਤੋ ਅਗਲੀ ਰਣਨੀਤੀ ਅਗਲੇ ਦੋਵਾਂ ਦਿਨਾਂ 'ਚ ਸਪਸ਼ਟ ਕਰਾਂਗੇ, ਹਜੇ ਖਨੌਰੀ ਵਾਲੀ ਸਾਰੀ ਘਟਨਾ ਦਾ ਜਾਇਜ਼ਾ ਲੈ ਲਈਏ। 2 ਦਿਨ ਦਿੱਲੀ ਕੂਚ ਵਾਲੇ ਮਸਲੇ 'ਤੇ ਸਟੇ ਹੋਊਗਾ, ਠੀਕ ਆ, ਉਹਦੇ ਵਿੱਚ ਗਾਹਾਂ ਕੀ ਫੈਸਲਾ ਲੈਣਾ ਲਿਆਂਗੇ। ਆਹ ਮੇਰੇ ਵੀਰ ਨੂੰ ਗੱਲ ਕਰ ਲੈ, ਕਰ ਦੇਣਾ ਹਿੰਦੀ 'ਚ ਮੈਂ। ਦੇਖੀਏ ਆਜ ਜੋ ਖਨੌਰੀ ਕੇ ਅੰਦਰ ਕੇਂਦਰ ਸਰਕਾਰ ਕੇ ਇਸ਼ਾਰੇ ਕੇ ਉੱਪਰ ਹਰਿਆਣਾ ਸਰਕਾਰ ਅਰਧ ਸੈਨਿਕ ਵੱਲੋਂ ਕੇ ਸਾਥ ਉਸ ਆਪਣੇ ਬੈਰੀਅਰ ਕੋ ਕਰਾਸ ਕਰਕੇ ਟੀਅਰ ਗੈਸ ਕੇ ਗੋਲੇ ਫੈਂਕ ਕੇ ਔਰ ਬਾਰਡਰ ਕਰਾਸ ਕਰਕੇ ਹਮਾਰੇ ਕੈਂਪ ਮੇਂ ਘੁਸੀ ਔਰ ਹਮਾਰਾ ਇੱਕ ਬੱਚਾ ਛੋਟਾ 21-22 ਸਾਲ ਕਾ ਸ਼ੁਭਕਰਨ ਸਿੰਘ ਵੱਲੋਂ ਪਿੰਡ ਦਾ ਜ਼ਿਲ੍ਹਾ ਬਠਿੰਡਾ ਉਸਦੀ ਜਿਹੜੀ ਆ ਗੋਲੀ ਲੱਗਣ ਨਾਲ ਜਿਹੜੀ ਆ ਮੌਤ ਹੋ ਚੁੱਕੀ ਆ ਔਰ 3 ਬੰਦੇ ਜਿਹੜੇ ਆ ਬਿਲਕੁਲ ਸੀਰੀਅਸ, ਇੱਕ ਦੀ ਅੱਖ ਦੇ ਜਿਹੜਾ ਵਾ ਉਹ ਛਰੇ ਲੱਗੇ ਹੋਏ ਨੇ 12 ਬੋਰ ਦੇ ਔਰ ਲਗਭਗ 100 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇੰਜਰਡ ਨੇ। ਔਰ ਜਦੋਂ ਫੋਰਸ ਅੰਦਰ ਵੜੀ ਆ ਸਾਡੇ ਪੰਜਾਬ ਦੀ ਹੱਦ ਦੇ ਵਿੱਚ ਔਰ ਉਸਨੇ ਜਿਹੜੇ ਸਾਡੇ ਟਰਾਲੀਆਂ ਟਰੈਕਟਰ ਸੀਗੇ 25 ਦੇ ਕਰੀਬ ਟਰਾਲੀ ਟਰੈਕਟਰ ਜੋ ਉਹਨਾਂ ਸਮਾਨ ਪਿਆ ਸੀਗਾ ਉੱਥੇ ਭੰਨ ਤੋੜ ਕੀਤੀ ਆ ਜੋ ਕਿ ਸਾਡੀ ਪੰਜਾਬ ਦੀ ਹੱਦ ਦੇ 'ਚ ਆ ਕੀਤੀ ਆ। ਔਰ ਉਸ ਤੋਂ ਬਾਅਦ ਹਰਿਆਣਾ ਦੇ ਇੱਕ ਨੌਜਵਾਨ ਨੂੰ ਜਿਹੜਾ ਵਾ ਉਹ ਬੋਰੀ ਦੇ 'ਚ ਪਾ ਕੇ ਕੁੱਟਿਆ, ਉਹਦੀਾਂ ਲੱਤਾਂ ਤੋੜ ਕੇ ਉਹਨੂੰ ਖੇਤਾਂ 'ਚ ਸੁੱਟ ਕੇ ਚਲੇ ਗਏ। ਇੰਨਾ ਅਣਮਨੁੱਖੀ ਵਿਹਾਰ ਕਿਸੇ ਕੋਈ ਵੀ ਜਿਹੜੀ ਸਰਕਾਰ ਆਪਣੇ ਦੇਸ਼ ਦੇ ਬਛਿੰਦਿਆਂ ਨਾਲ ਨਹੀਂ ਕਰਦੀ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹਰਿਆਣਾ ਸਰਕਾਰ ਨੇ ਕੀਤਾ। ਔਰ ਉਸ ਤੋਂ ਅੱਗੇ ਜਿਹੜੇ ਦਵਾਈਆਂ ਵਾਲਾ ਕੈਂਪ ਆ ਉਹਦੀਆਂ ਦਵਾਈਆਂ ਚੁੱਕ ਕੇ ਲੈ ਗਏ ਔਰ ਜਿਹੜੇ ਸਾਡੇ ਬਜ਼ੁਰਗ ਟਰਾਲੀਆਂ ਸੁੱਤੇ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਚੰਗੀ ਤਰ੍ਹਾਂ ਕੁੱਟਿਆ ਔਰ ਜਿਹੜੇ ਸੂਏ ਔਰ ਬਰਸ਼ੀਆਂ ਲੈ ਕੇ ਉਹ ਆਏ ਟਰੈਕਟਰਾਂ ਦੇ ਟਾਇਰ ਪੈਂਚਰ ਕੀਤੇ ਔਰ ਭੰਨ ਤੋੜ ਕੀਤੀ। ਮੈਂ ਇਹ ਦੱਸਣਾ ਚਾਹੁੰਦਾ ਇੱਥੇ ਕੇਂਦਰ ਸਰਕਾਰ ਨੂੰ ਕਿ ਪਹਿਲਾ ਅੰਦੋਲਨ ਵੀ 13 ਮਹੀਨੇ ਲੜਿਆ, ਬਿਲਕੁਲ ਸ਼ਾਂਤੀ ਨਾਲ ਲੜਿਆ ਔਰ ਇਹ ਵੀ ਅੰਦੋਲਨ ਜਿਹੜਾ ਵਾ ਇਹ ਸ਼ਾਂਤੀ ਨਾਲ ਲੜ ਰਹੇ ਹਾਂ ਔਰ ਇਹ ਨਿਹੱਥੇ ਲੋਕਾਂ ਦੇ ਉੱਪਰ ਜਿਹੜਾ ਇਹ ਅੱਤਿਆਚਾਰ ਆ ਇਹ ਕਰਨਾ ਬੰਦ ਕਰੇ। ਜਿਸ ਤਰ੍ਹਾਂ ਅੱਜ ਸਾਡੇ ਆਗੂ ਜਿਹੜੇ ਆ ਖਾਲੀ ਹੱਥ ਲੈ ਕੇ ਦਿਖਾ ਕੇ ਗਏ, ਅੱਗੇ ਐਡਵਾਂਸ ਕੀਤਾ ਔਰ ਜਾਂਦਿਆਂ ਹੋਇਆਂ ਵੀ ਉਹਨਾਂ ਨੇ ਸਾਡੇ ਟੀਅਰ ਗੈਸ ਦੇ ਗੋਲੇ ਫਾਇਰ ਕੀਤੇ ਔਰ ਜਦੋਂ ਵਾਪਸ ਆ ਰਹੇ ਸੀ ਗੱਲ ਕਰਕੇ ਉਦੋਂ ਵੀ ਗੋਲੇ ਫਾਇਰ ਕੀਤੇ। ਇਹ ਕਿੱਥੋਂ ਦਾ ਅਣਮਨੁੱਖੀ ਵਿਹਾਰ ਆ ਜਿਹੜਾ ਇਹ
ਕੇਂਦਰ ਸਰਕਾਰ ਔਰ ਹਰਿਆਣਾ ਸਰਕਾਰ ਮਿਲ ਕੇ ਕਰ ਰਹੀ ਆ। ਇੱਥੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਕਿ ਪੰਜਾਬ ਸਰਕਾਰ ਵੀ ਇਸਦਾ ਜਿਹੜਾ ਵਾ ਗੰਭੀਰ ਨੋਟਿਸ ਲਵੇ। ਉਹ ਜਿਸ ਤਰ੍ਹਾਂ ਹਰਿਆਣਾ ਦੀਆਂ ਫੋਰਸਾਂ ਜਿਹੜੀਆਂ ਨੇ ਉਹ ਪੰਜਾਬ ਦੀ ਹੱਦ ਵਿੱਚ ਆਣ ਕੇ ਉਹਨਾਂ ਨੇ ਜ਼ੁਲਮ ਕੀਤਾ ਵਾ, ਉਸ ਦੇ ਉੱਤੇ ਜਿਹੜਾ ਪੂਰਾ ਐਕਸ਼ਨ ਜਿਹੜਾ ਵਾ ਉਹ ਲਿਆ ਜਾਵੇ। ਧੰਨਵਾਦ ਜੀ। ਮੈਂ ਬਤਾਨਾ ਚਾਹਤਾ ਹੂੰਗਾ ਜਿਸ ਬਰਬਰਤਾ ਤੇ ਯੇ ਦੋਨੋਂ ਬਾਰਡਰੋਂ ਕੇ ਉੱਪਰ ਖਨੌਰੀ ਔਰ ਸ਼ੰਭੂ ਕੇ ਉੱਪਰ ਸਰਕਾਰ ਨੇ ਟੀਅਰ ਗੈਸ ਔਰ ਹਾਈ ਐਕਸਪਲੋਜਿਕ ਜੋ ਇਸਤੇਮਾਲ ਕੀਏ ਉਸਕੀ ਨਿੰਦਾ ਕਰਨੀ ਚਾਹੀਏ। ਖਨੌਰੀ ਬਾਰਡਰ ਕੇ ਉੱਪਰ ਸ਼ੁਭਕਰਨ ਸਿੰਘ ਜੋ 23-22 ਸਾਲ ਕਾ ਨੌਜਵਾਨ ਉਨਕੀ ਮੌਤ ਹੋ ਗਈ ਹੈ ਔਰ 3 ਔਰ ਗੰਭੀਰ ਜ਼ਖਮੀ ਹੈ ਜਿਨਮੇ ਸੇ ਅਭੀ ਮਿਸਿੰਗ ਪਰਸਨ ਵੀ ਬਹੁਤ ਜ਼ਿਆਦਾ ਹੈ ਔਰ ਜੋ ਕੇਂਦਰ ਕੇ ਅਰਧ ਸੈਨਿਕ ਫੋਰਸ ਹੈ ਉਹਨੇ ਪੰਜਾਬ ਕੀ ਹੱਦ ਮੇਂ ਘੁਸਕਰ ਖਨੌਰੀ ਕੇ ਉੱਪਰ 25 ਸੇ ਅਧਿਕ ਟਰੈਕਟਰ ਟਰੋਲੀਓਂ ਕੋ ਜੋ ਨੁਕਸਾਨ ਕੀਆ ਹੈ ਔਰ ਇੱਕ ਬਜ਼ੁਰਗ ਕੋ ਜੋ ਹਰਿਆਣੇ ਕਾ ਥਾ ਬੋਰੀ ਮੇਂ ਡਾਲ ਕਰ ਉਨਕੇ ਲਾਤ ਪਾਉਂ ਤੋੜ ਕਰ ਉਨਕੋ ਖੇਤੋਂ ਮੇਂ ਫੇਂਕਾ ਗਿਆ ਹੈ ਔਰ ਪੂਰੀ ਬਰਬਰਤਾ ਸੇ ਕਾਰਵਾਈ ਕੀ ਹੈ। ਆਪ ਸ਼ੰਭੂ ਪਰ ਸਭੀ ਪ੍ਰੈਸ ਵਾਲੇ ਥੇ ਯਹਾਂ ਕਭੀ ਵੀ ਵਾਇਲੈਂਸ ਨਹੀਂ ਹੁਆ, ਹਮਾਰੇ ਜੁਆ ਬਿਲਕੁਲ ਪੀਸਫੁਲ ਰਹੇ। ਹਮਨੇ ਸੁਬਹਾ ਨਿਰਣੈ ਕਰ ਲਿਆ ਥਾ ਵੀ ਜੋ ਬੜੇ ਲੀਡਰ ਹੈ ਵੋ ਆਗੇ ਜਾਏਂਗੇ ਔਰ ਕਿਸੀ ਜੁਆ ਕੋ ਹਮ ਆਗੇ ਨਹੀਂ ਜਾਣੇ ਦੇਂਗੇ ਕਿਉਂਕਿ ਕਿਸੀ ਜੁਆ ਕੀ ਹਮ ਮੌਤ ਨਹੀਂ ਚਾਹਤੇ ਆਗੂਓਂ ਕੋ। ਔਰ ਉਸਕੇ ਬਾਅਦ ਜਬ ਹਮਸੇ ਸਰਕਾਰ ਨੇ ਵਾਰਤਾ ਕੀ ਔਰ ਵਾਰਤਾ ਮੇਂ ਮਸਲਾ ਕਿਆ ਥਾ, ਹਮ ਬੋਲ ਰਹੇ ਥੇ ਵੀ ਕੇਂਦਰੀ ਮੰਤਰੀ ਟਵੀਟ ਕਰੇ ਵੀ MSP ਖਰੀਦ ਕੀ ਗਰੰਟੀ ਕਾ ਕਾਨੂੰਨ ਕਾ ਮਸਲਾ ਹੱਲ ਕਰਨੇ ਕੇ ਲੀਏ ਔਰ ਬਾਕੀ ਸਭੀ ਮੰਗੋਂ ਕੇ ਉੱਪਰ ਮੀਟਿੰਗ ਕੀ ਜਾਏਗੀ। ਇਸਸੇ ਕੇਂਦਰ ਸਰਕਾਰ ਭਾਗ ਗਈ ਵੀ ਇਹ ਹਮ ਲਿਖ ਕੇ ਨਹੀਂ ਦੇਂਗੇ। ਦੋ ਟਵੀਟ ਮੰਤਰੀ ਮਹੋਦੇ ਨੇ ਕੀਏ, ਦੋਨੋ ਜੋ ਹਮਨੇ ਮੰਗੇ ਥੇ ਉਸ ਪਰ ਸਹਿਮਤ। ਤੋ ਕੇਂਦਰ ਸਰਕਾਰ ਕੀ MSP ਖਰੀਦ ਕੀ ਗਰੰਟੀ ਕਾ ਕਾਨੂੰਨ ਬਣਾਨੇ ਵਾਲੀ ਬਾਤ ਕੇ ਉੱਤੇ ਪੀਛੇ ਭਾਗ ਰਹੀ ਹੈ ਔਰ ਉਸਕੇ ਬੀਚ ਮੇਂ ਖਨੌਰੀ ਕੀ ਹਮਾਰੀ ਘਟਨਾ ਸਾਹਮਣੇ ਆਈ। ਤੋ ਹਮਨੇ ਕਿਹਾ ਇਸ ਸਮੇਂ ਇਸ ਹਾਲਾਤ ਮੇਂ ਵਾਰਤਾ ਕੋ ਜਾਰੀ ਰੱਖਣਾ ਉਚਿਤ ਨਹੀਂ ਹੈ, ਇਸ ਲਈ ਹਮਨੇ ਅਬ 2 ਦਿਨ ਆਗੇ ਕੇ ਵਿਸ਼ਰਾਮ ਕਰ ਲਿਆ ਹੈ ਔਰ ਖਨੌਰੀ ਕੇ ਜਿਤਨੇ ਵੀ ਇੰਜਰਡ ਹੈ ਮਿਸਿੰਗ ਹੈ ਸ਼ਹੀਦ ਪਰਿਵਾਰ ਸੇ ਮਿਲ ਕੇ ਔਰ ਜਿਸ ਤਰ੍ਹਾਂ ਸੇ ਸਰਕਾਰ ਬੁਲੇਟ ਚਲਾ ਰਹੀ ਹਮਾਰੇ ਉੱਪਰ ਉਸ ਸਭੀ ਕਾ ਵਿਚਾਰ ਵਿਮਰਸ਼ ਕਰਕੇ ਸਭੀ ਆਪਣੇ ਯੂਨੀਅਨ ਕੇ ਔਰ 2 ਬੜੇ ਫੋਰਮੋ ਕੀ ਔਰ ਸੇ ਆਗੇ ਕਾ ਹਮ ਨਿਰਣੈ ਲੇਂਗੇ। ਇਸਮੇ ਦੇਖੀਏ ਜੋ ਹਮਨੇ ਦੇਖਾ ਇਹ ਖਾਲਸਾ ਏਡ ਥਾ ਉਧਰ ਉਸਕਾ ਕੈਂਪ ਥਾ ਦਵਾਈ ਕਾ ਉਸਕੇ ਉੱਪਰ ਉਸਕੋ ਵੀ ਲੁੱਟ ਕਰ ਲੈ ਗਏ ਔਰ ਇਧਰ ਲਾਈਫ ਕੇਅਰ ਫਾਊਂਡੇਸ਼ਨ ਕੇ ਹਮਾਰੇ ਪਾਸ ਡਾਕਟਰ ਬੈਠੇ ਇਨਕੇ ਕੈਂਪ ਕੇ ਉੱਪਰ ਵੀ ਸ਼ੈਲਿੰਗ ਕੀ ਗਈ। ਮਾਨਣਾ ਹੈ ਵੀ ਕਭੀ ਵੀ ਜਹਾਂ ਪ੍ਰੈਸ ਹੋ ਜਹਾਂ ਮੈਡੀਕਲ ਸੇਵਾਏ ਹੋ ਕਭੀ ਵੀ ਸਰਕਾਰ ਉਨਕੇ ਉੱਪਰ ਸ਼ੈਲਿੰਗ ਨਹੀਂ ਕਰਤੀ, ਤੋ ਉਨਕੋ ਮਾਲੂਮ ਥਾ ਸਾਰਾ ਇਸ ਲਈ ਕੀਆ ਗਿਆ। ਤੋ ਅਭੀ ਹਮੇਂ ਖਬਰ ਮਿਲ ਰਹੀ ਹੈ ਵੀ ਪੀਛੇ ਸੇ ਕੁਛ ਟਰੋਲੀ ਰੋਕਣੇ ਕੀ ਖਬਰ ਆ ਰਹੀ, ਦੇਖਤੇ ਪੰਜਾਬ ਸਰਕਾਰ ਸੇ ਬਾਤ ਕਰ ਰਹੇ ਵੀ ਲੰਗਰ ਜਾਂ ਟਰੋਲੀ ਕਿਉਂ ਰੋਕੀ ਜਾ ਰਹੀ ਹੈ। ਤੋ ਇਸਕੀ ਵੀ ਹਮ ਕਰੇਂਗੇ ਔਰ ਪੰਜਾਬ ਸਰਕਾਰ ਸੇ ਕਹਤੇ ਹੈ ਵੀ ਇਸਕਾ ਨੋਟਿਸ ਲੀਜੀਏ ਵੀ ਆਪਕੇ ਖੇਤਰ ਮੇਂ ਆ ਕਰ ਅਰਧ ਸੈਨਿਕ ਫੋਰਸੋਂ ਨੇ ਕਿਸ ਤਰ੍ਹਾਂ ਸੇ ਹਮਲਾ ਕੀਆ, ਸਥਿਤੀ ਕੋ ਸਪਸ਼ਟ ਕੀਜੀਏ ਔਰ ਜੋ ਪਹਿਲੇ ਵੀ
किसान शहीद हुआ था उसकी आज तक पटियाले में अभी उसका पार्थिव शरीर पड़ा हुआ है। 5 लाख वाली बात भी अभी पंजाब सरकार के साथ निपटी नहीं है, वो भी वहां पर है और कैजुअलिटी होगी। तो ये सब बातें रही, हम बात भी करेंगे। तो आज जो हमारे धरने में कुछ सरकार द्वारा एजेंसियों द्वारा शरारती तत्व भी घुसाने की कोशिश की जा रही है, तो जिन्होंने कुछ प्रेस के तारे काट दी, उनकी ओपी वैने इधर से निकाल दी, इसका हमें खेद है। हम प्रेस को यकीन दवाएंगे, फिर हम अधिक से अधिक वॉलंटियर आगे से लगा के रखेंगे। आज ज़्यादा व्यस्त होने के कारण जो इस तरह की व्यवस्था आपके सामने आई है, जो हमने निर्णय लिया था कि लोगों को आगे नहीं जाने देंगे, लीडर आगे जाएंगे, आपने देखा कि हम आगे गए हैं और यहाँ की परिस्थितियाँ बिल्कुल कंट्रोल में। और हमारे ऊपर जब हम ऐसे करके जा रहे थे भाई, आगे हमारे ऊपर भी शेलिंग की गई है। तो सरकार की नीयत सबके सामने है कि पीसफुल ढंग से पुरामन ढंग से आगे बढ़ने भी वो लोग नहीं देंगे। तो पंजाब सरकार ने डीजीपी नूं ऑर्डर दित्ते ने कि शंभू दे उत्ते ट्रालियां ट्रैक्टर नहीं जाण देणे, भारी वाहन जिहड़े ने ओह रोके जाण, चाहे ओह ट्रैक्टर ट्रालियां पोकलन मशीनां होण, पंजाब सरकार दे खिलाफ वी तुहाडा मोर्चा खुल्लेगा फिर जेकर इस तरीके दा रोकिया गया? देखो, जे पंजाब सरकार इस तरीके नाल कोई कार्यक्रम करदी, उहनां नाल गल करदे आ, ते जरूर पंजाब सरकार दे स्टैंड दा असीं विरोध करांगे। हजे इस गल दी पुष्टि अधिकारी नाल गल के ਉਹਨਾਂ ਦਾ ਸਟੈਂਡ ਕੀ ਆ, ਫਿਰ ਹੀ ਇਹ ਗੱਲ ਕੀਤੀ ਜਾਊਗੀ। ਪੰਦੇਰ ਸਾਹਿਬ, ਜੋ ਬਠਿੰਡਾ ਵਾਲੇ ਲੜਕੇ ਕੀ ਜੋ ਮੌਤ ਹੋਈ ਹੈ, ਉਹ ਕੈਸੇ ਹੋਈ ਹੈ ਪੰਦੇਰ ਸਾਹਿਬ? ਅਭੀ ਤੱਕ ਕਿਆ ਦੇਖੇ, ਬਠਿੰਡਾ ਵਾਲੇ ਲੜਕੇ ਕੀ ਮੌਤ ਬੁਲੇਟ ਲੱਗਨੇ ਸੇ ਹੋਈ ਆ, ਉਸਕੇ ਯਹਾਂ ਪਰ ਸਰ ਕੇ ਉੱਪਰ ਬੁਲੇਟ ਲੱਗੀ ਹੈ। ਪੰਦੇਰ ਸਾਹਿਬ, ਫਿਲਹਾਲ ਪੰਦੇਰ ਸਾਹਿਬ ਆਪਕਾ ਦਿੱਲੀ ਜਾਣੇ ਕਾ ਬਾਕੀ ਕਿਆ ਕਾਰਜਕ੍ਰਮ ਹੈ? ਅਭੀ ਦਿੱਲੀ ਕਬ ਜਾਏਂਗੇ, ਯਹਾਂ ਬੈਠੇਂਗੇ, ਕਿਆ ਹੈ ਆਪਕਾ? ਅਭੀ ਦਿੱਲੀ ਜਾਣੇ ਕਾ ਕਾਰਜਕ੍ਰਮ ਹਮਾਰਾ ਹੈ 2 ਦਿਨ ਕੀ, ਕੱਲ ਔਰ ਪਰਸੋਂ। ये जो खनौरी में जो कुछ भी घटा है उसके ऊपर सारी समीक्षा करेंगे, जिस तरह से सरकार हमारे ऊपर बुलेट चला रही है, सभी नेताओं से बात करेंगे। उसके बाद आप देखेंगे परसों शाम को सारी स्थिति स्पष्ट करेंगे, आगे का आंदोलन किस ढंग का होगा। चंडीगढ़ में तो एसकेएम के साथ भी कोई किसी तरीके से कोई कम्युनिकेशन जो है हो रहा है? देखिए, बहुत से लीडर हमसे बात भी कर रहे हैं, बात भी हो रही है, और आगे देखते हैं उनका निर्णय क्या होता है। पंदेर साहब, लीडरशिप की कमी लग रही है, डिसीजन नहीं ले पा रहे जल्द तो जल्द, किवें किस मौके पे की डिसीजन ले रहा है? देखो, मैनू ऐ नहीं लगता, दो फोरम ने असल में अद्धी लीडरशिप खनौरी ते होन करके ये समस्या तो हैगी, कल उन्होंने पता करना पैंदा, पर इस करके ये नहीं हैगा असीं डिसीजन नहीं लै पा रहे। वो फिर उधर जाके भी उस घटना बारे, क्योंकि असल में मोबाइल कम्युनिकेशन सी, इतने थोड़ा आपो सोच कम्युनिकेशन नहीं हो रहा, जिन्ना चिर लीडरशिप ना गल नहीं हो रही, ये उन्होंने जानबूझ के किया भी ये समस्या साढ़े सामने आवे, साढ़े मोबाइल सारा कुछ बंद किया भी आपो चो दी राबता ना कर सकन। कोई चिट्ठी नहीं आई जी, असी क्या सी भी सेंटर ने गल करनी है तो ए लिखे सानू ट्वीट कर, पहले बयान आवे, बयान आ जाए, एम एस पी गारंटी करूँ दा जी। एसकेएम नाल संपर्क दे विच हैगे हो कि नहीं? एसकेएम के साथ सेंटर बुलाएगी तां मिलोगे? देखो, एक तां होण वाली परिस्थिति आ, पहली गल सेंटर ने सद्या नहीं हैगा,
ਜਦੋਂ ਸੈਂਟਰ ਸੱਦੂਗਾ ਉਸ ਵੇਲੇ ਇਹਦਾ ਫੈਸਲਾ ਕਰਾਂਗੇ। ਦੇਖੋ ਜਦੋਂ ਸੱਦਾ ਆਊਗਾ ਉਦੋਂ ਵਿਚਾਰ ਕਰਾਂਗੇ ਪਰਿਸਥਿਤੀਆਂ ਨਾਲ ਗੱਲ। ਹਾਂ ਦੇਖੀਏ ਇਸ ਇਹ ਬਾਤ ਕੀ ਸੱਚੀ ਆਏ ਥੇ ਉਸੀ ਪੇ ਟੂਟ ਗਿਆ। ਹਮਨੇ ਕਹਾ ਨਾ ਵੀ ਕੇਂਦਰ ਸਰਕਾਰ ਬਿਆਨ ਦੇ ਵੀ MSP ਖਰੀਦ ਕੀ ਗਰੰਟੀ ਕੇ ਹੱਲ ਕੇ ਲਈ ਮੀਟਿੰਗ ਹੋਗੀ, ਉਸਸੇ ਕੇਂਦਰ ਸਰਕਾਰ ਭਾਗ ਨਿਕਲੀ। ਬਿਲਕੁਲ ਦੇਖੇ ਉਨਸੇ ਸਾਰੇ ਕੇ ਸਾਥ ਨਹੀਂ ਬਹੁਤ ਸਾਰੇ ਲੀਡਰੋ ਸੇ ਹਮਾਰੀ ਬਾਤ ਹੋਤੀ ਹੈ। ਅਗਰ ਵੋ ਸਪੋਰਟ ਗੁਰਨਾਮ ਚੜੂਨੀ ਟਿਕੈਤ ਜੋ ਹੈ ਜਿਸ ਤਰੀਕੇ ਕੀ ਅਬ ਯੇ ਘਟਨਾ ਹੋਈ ਹੈ ਕਿਆ ਉਸਕੇ ਬਾਅਦ ਕੋਈ ਬਾਤ ਹੋਈ ਹੈ ਕਿ ਕਿਸਾਨ ਸ਼ਹੀਦ ਹੋ ਗਿਆ ਹੈ ਔਰ ਯੇ ਸ਼ੈਲਿੰਗ ਜੋ ਹੈ ਵੋ ਕੰਟੀਨਿਊ ਹੋ ਰਹੀ ਹੈ? ਦੇਖੀਏ ਉਨਸੇ ਸਿੱਧੀ ਹਮਾਰੀ ਕੋਈ ਬਾਤ ਨਹੀਂ ਹੋਈ ਹੈ। ਮੈਨੇ ਫਿਰ ਸਪਸ਼ਟ ਕਰਤਾ ਹੂੰ, ਯੇ ਦੇਸ਼ ਕੇ ਕਿਸਾਨ ਮਜ਼ਦੂਰ ਕਾ ਅੰਦੋਲਨ ਹੈ ਔਰ ਜੋ ਵੀ ਕਿਸਾਨੋ ਮਜ਼ਦੂਰੋ ਕੇ ਲੀਏ ਉਨਕੀ ਮਾਂਗੋ ਕੇ ਲੀਏ ਸੰਘਰਸ਼ ਕਰਨਾ ਚਾਹਤਾ ਹੈ ਉਨ ਸਭ ਸਭ ਕੋ ਹਮ ਨਿਉਤਾ ਹੈ ਔਰ ਯੇ ਜੋ ਹਮਨੇ ਆਪਣੇ ਫੋਰਮ ਕਾ ਕੋ ਅਸੂਲ ਬਣਾਇਆ ਉਸਕੋ ਮਾਨ ਕੇ ਚਲੇਗਾ। ਸਭੀ ਹਮਾਰੇ ਲੀਡਰ ਸਮਝਦਾਰ ਹੈ, ਅਬ ਉਨਕੋ ਨਿਰਣੇ ਕਰਨਾ ਉਨ੍ਹੋਂ ਨੇ ਕਿਆ ਕਰਨਾ ਹੈ।